ਲੁਧਿਆਣਾ ਦੇ ਅਕਾਲਗੜ੍ਹ ਮਾਰਕੀਟ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਲੋਕ ਸਭਾ ਉਮੀਦਵਾਰ ਮਹੇਸ਼ਿੰਦਰ ਸਿੰਘ ਗਰੇਵਾਲ ਪੁੱਜੇ। ਇਸ ਦੌਰਾਨ ਉਹਨਾਂ ਨੇ ਮੀਟਿੰਗ ਨੂੰ ਸੰਬੋਧਿਤ ਕੀਤਾ ਅਤੇ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ। ਇਸ ਮੌਕੇ ਸੀਨੀਅਰ ਨੇਤਾ ਹੀਰਾ ਸਿੰਘ ਗਾਬੜੀਆ, ਪਰਮਜੀਤ ਪੰਮਾ ਅਤੇ ਬਲਵਿੰਦਰ ਸਿੰਘ ਭੁੱਲਰ ਵੱਲੋਂ ਉਚੇਚੇ ਤੌਰ 'ਤੇ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਸਨਮਾਨ ਕੀਤਾ ਗਿਆ। ਭੁੱਲਰ ਸਾਹਿਬ, ਬੰਟੀ ਜੀ, ਮੱਕੜ ਸਾਹਿਬ, ਜਿਹੜੇ ਜਗਜੀਤ ਸਿੰਘ ਜੱਗਾ ਪ੍ਰਧਾਨ ਜੀ ਦੇ ਸਪੁੱਤਰ ਸਾਹਿਬ, ਅਤੇ ਬਹੁਤ ਹੀ ਪ੍ਰੇਸ਼ੀ ਅਤੇ ਸਾਰੀ ਮਾਰਕੀਟ, ਕਰੋ ਫਤਿਹ ਪ੍ਰਭੂ, ਵਾਹਿਗੁਰੂ ਜੀ ਕਾ ਖਾਲਸਾ। ਹੋ ਯਾਰ ਬਾਤ ਹੁਣ ਠਹਿਰ ਦਾ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ, ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦੇ ਕੇ ਚੋਣ ਮੈਦਾਨ 'ਚ ਉਤਾਰਿਆ। ਅੱਜ ਸ਼ਾਮ ਨੂੰ ਕੁੱਲ 4 ਦਿਨ ਹੋਣੇ ਆ ਟਿਕਟ ਐਲਾਨ ਹੋਈ। ਸੰਗਤ ਦਾ ਪਿਆਰ ਅਤੇ ਗੁਰੂ ਦੀ ਕਿਰਪਾ ਦਾ ਸਦਕਾ ਮੈਂ ਕਹਿ ਸਕਦਾ ਕਿ 4 ਦਿਨ ਵਿੱਚ ਤਕਰੀਬਨ 5 ਤੋਂ 6 ਹਜ਼ਾਰ ਤੱਕ ਮੈਨੂੰ ਟੈਲੀਫੋਨ ਵਧਾਈ ਦਾ ਆਇਆ, ਅਤੇ 10,000 ਦੇ ਕਰੀਬ ਸੰਗਤ ਘਰ ਆ ਕੇ 4 ਦਿਨ ਵਿੱਚ ਵਧਾਈ ਦੇ ਚੁੱਕੀ ਹੈ। ਇਹਦੇ ਲਈ ਮੇਰੇ ਕੋਈ ਲਫ਼ਜ਼ ਨਹੀਂ ਕਿ ਮੈਂ ਲੁਧਿਆਣੇ ਦੀ ਸੰਗਤ ਦਾ ਧੰਨਵਾਦ ਕਰ ਸਕਾਂ। ਇਹ ਅਕਾਲਗੜ੍ਹ ਮਾਰਕੀਟ ਦੇ ਸ਼ੋਪਕੀਪਰ ਐਸੋਸੀਏਸ਼ਨ ਵੱਲੋਂ ਸਾਰਿਆਂ ਤੋਂ ਸਾਂਝੇ ਤੌਰ ਦੇ ਉੱਤੇ ਪ੍ਰੋਗਰਾਮ ਕਰਾਇਆ ਗਿਆ। ਇਹ ਕਿਸੇ ਇੱਕ ਬੰਦੇ ਰਹਿਨਮਾਈ ਹੇਠ ਨਹੀਂ, ਔਰ ਇਹ ਸਾਰੇ ਅਕਾਲਗੜ੍ਹ ਮਾਰਕੀਟ ਦੇ ਦੁਕਾਨਦਾਰਾਂ ਨੇ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਨੂੰ, ਅਕਾਲੀ ਦਲ ਨੂੰ, BJP ਨੂੰ ਇਹ ਵਿਸ਼ਵਾਸ ਦਿਵਾਇਆ ਕਿ ਇਹ ਅਕਾਲਗੜ੍ਹ ਮਾਰਕੀਟ ਉਹਨਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਤਨ ਮਨ ਧਨ ਨਾਲ ਜਿਸ ਤਰ੍ਹਾਂ ਦੀ ਵੀ ਲੋੜ ਪਊਗੀ ਅਸੀਂ ਉਸ ਤਰ੍ਹਾਂ ਦੀ ਸੇਵਾ ਕਰਾਂਗੇ, ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਵਾਂਗੇ, ਔਰ 100% ਨਹੀਂ 1000% ਉਹਨਾਂ ਨੂੰ ਵੱਡੇ ਮਾਰਜ ਨਾਲ ਜਿਤਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਭੇਜਾਂਗੇ, ਤਾਂ ਜੋ ਜਿਹੜੇ ਲੁਧਿਆਣੇ ਦੇ 10 ਸਾਲ ਤੋਂ ਕੰਮ ਰੁਕੇ ਹੋਏ ਨੇ, ਪਹਿਲੇ 5 ਸਾਲ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀਗਾ, ਕਾਂਗਰਸ ਦਾ ਜਿੱਤਿਆ ਹੋਇਆ ਉਮੀਦਵਾਰ ਸੀਗਾ, ਉਸ ਨੇ ਲੁਧਿਆਣੇ ਦਾ ਕੱਖ ਨਹੀਂ ਸਵਾਰਿਆ, ਸਿਰਫ ਦਿੱਲੀ ਦੇ ਗੇੜੇ ਲਾਉਣ 'ਤੇ ਹੀ ਰਿਹਾ, ਔਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਕਿਸੇ ਨੂੰ ਬਣਾਇਆ ਤਾਂ ਉਸ ਨੇ ਵੀ ਇੱਕ ਵੀ ਕੰਮ ਉਹ ਆਪਦੇ ਕੀਤੇ ਹੋਏ ਕੰਮਾਂ ਦੇ 'ਚ ਗਿਣਿਆ ਦੇਵੇ ਕਿ ਆਹ ਕੰਮ ਮੈਂ ਲੁਧਿਆਣੇ ਦੇ ਤਰੱਕੀ ਵਾਸਤੇ ਕੀਤਾ ਹੈਗਾ। ਸੋ ਹੁਣ ਸਾਨੂੰ ਲੁਧਿਆਣੇ ਵਾਸੀਆਂ ਨੂੰ ਮੌਕਾ ਮਿਲਿਆ, ਪੂਰਾ ਲੁਧਿਆਣਾ, ਹਰ ਭਾਈਚਾਰਾ ਅਕਾਲੀ ਭਾਜਪਾ ਦੇ ਉਮੀਦਵਾਰ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਦੇ ਨਾਲ। ਬਿਊਰੋ ਰਿਪੋਰਟ, ਲੁਧਿਆਣਾ ਵਿਊ।